ਇਹ ਅਸੀਂ ਆਏ ਹਾਂ ਜੀ, ਗਿਆ ਤੀਰਥ ਪਿੰਡ ਹੈ ਜੀ ਇਹ, ਅਤੇ ਇਹ ਹੈਗੀ ਹੈ ਜੀ ਫਲਗੂ ਨਦੀ। ਇਹ ਇੱਕ ਗਿਆਸੁਰ ਨਾਮ ਦੇ ਰਾਕਸ਼ ਦੇ ਨਾਮ ਤੋਂ ਜਿਹੜਾ ਗਿਆ ਤੀਰਥ ਬਣਿਆ, ਅਤੇ ਇਹ ਹਿੰਦੂ ਵੀਰਾਂ ਦੇ ਅਨੁਸਾਰ, ਉਹਨਾਂ ਦੇ ਅਕੀਦੇ ਧਰਮ ਦੇ ਅਨੁਸਾਰ ਇੱਥੇ ਜਿਹੜੇ ਉਹਨਾਂ ਦੇ ਬਜ਼ੁਰਗ ਮਰ ਜਾਂਦੇ ਨੇ, ਮਰਨ ਤੋਂ ਬਾਅਦ ਉਹਨਾਂ ਦਾ ਜਿਹੜਾ ਕਰਮ ਕਾਂਡ ਉਹ ਕਰਦੇ ਨੇ ਆਪਣੇ ਰੋਹ ਰੀਤੀ ਅਨੁਸਾਰ, ਉਹ ਆਪਣੇ ਧਾਰਮਿਕ ਅਕੀਦੇ ਅਨੁਸਾਰ, ਉਹ ਮੈਂ ਦੋ ਤਿੰਨ ਵੀਡੀਓ ਪਿੱਛੇ ਬਣਾਈਆਂ ਨੇ ਅਤੇ ਉਹ ਤੁਹਾਨੂੰ ਨਾਲ ਸੈਂਡ ਕਰ ਦੇਵਾਂਗਾ। ਇਹ ਹੈ ਜੀ ਫਲਗੂ ਨਦੀ, ਇੱਥੇ ਹੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਹੜਾ ਸੱਚੇ ਪਾਤਸ਼ਾਹ ਜਗਤ ਦਾ ਉਧਾਰ ਕਰਦੇ ਹੋਏ ਆਏ ਨੇ, ਅਤੇ ਉਹ ਆਪਾਂ ਚੱਲ ਕੇ ਵੇਖਦੇ ਹਾਂ ਜਿਹੜਾ ਗੁਰਦੁਆਰਾ ਸਾਹਿਬ, ਸਾਰੇ ਦਰਸ਼ਨ ਕਰਦੇ ਹਾਂ। ਹਾਂ, ਇਹ ਮੈਂ ਹੁਣ ਆਪਾਂ ਜਿਹੜਾ ਚੱਲਦੇ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਇੱਥੇ ਆਏ ਨੇ, ਅਤੇ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਆਏ ਨੇ। ਆਓ ਆਪਾਂ ਵੇਖਦੇ ਹਾਂ ਅੱਗੇ ਚੱਲ ਕੇ। ਇਹ ਆਲਾ ਦੁਆਲਾ ਇੱਥੇ ਵਿਸ਼ਨੂੰ ਦਾ ਵੱਡਾ ਮੰਦਿਰ ਆ। ਆਪ ਜੀ ਕਾ ਕਿਆ ਨਾਮ ਹੈ ਬੋਲੀਏ? ਪ੍ਰਿੰਸ। ਪ੍ਰਿੰਸ, ਅੱਛਾ, ਇਹ ਇਸਕਾ ਨਾਮ ਗਿਆ ਹੈ ਨਾ? ਸੱਪ ਵੀ ਦਿਖਾ ਰਹੇ, ਸੱਪ ਵੀ ਦਿਖਾ। ਹਾਂਜੀ, ਇਹ ਹੈ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸਥਾਨ, ਜਿੱਥੇ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਨੇ, ਇਹ ਦੇਵ ਘਾਟ ਕਹਿੰਦੇ ਨੇ ਇਹਨੂੰ, ਅਤੇ ਇੱਥੇ ਸਤਿਗੁਰਾਂ ਨੇ ਜਿਹੜਾ ਹੈ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਿਆ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ, ਲੋਕਾਂ ਮੱਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕਠੇ ਏਕ ਰੱਤੀ ਲੈ ਪਾਹੇ, ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੈ ਪਾਤਸ਼ਾਹ ਇਹੋ ਮੇਰਾ ਆਧਾਰ, ਇੱਥੇ ਉੱਥੇ ਆਗੈ ਪਾਤਸ਼ਾਹ ਇਹੋ ਮੇਰਾ ਆਧਾਰ। ਸੋ ਆਓ ਆਪਾਂ ਅੱਗੇ ਵੇਖਦੇ ਹਾਂ। ਗੁਰਬਾਣੀ ਦੇ ਵਿੱਚ ਬਹੁਤ ਥਾਈਂ ਇਹਦਾ ਜ਼ਿਕਰ ਆਇਆ, ਜਿਹੜਾ ਇਸ ਇਲਾਕੇ ਦਾ, ਇਸ ਸ਼ਹਿਰ ਦਾ। ਪਿੰਡ ਭਰੈ ਤੋਂ ਹਰ ਗੁਣ ਗਾਏ ਭਗਤ ਨਾਮਦੇਵ ਜੀ ਦਾ ਵੀ ਵਚਨ ਹੈ, ਅਤੇ ਹੋਰ ਵੀ ਬਹੁਤ ਥਾਈਂ ਮਹਾਰਾਜ ਨੇ ਵਚਨ ਕੀਤਾ। ਇੱਥੇ ਹੀ ਸਾਈਂ ਬੁੱਲੇ ਸ਼ਾਹ ਜੀ ਨੇ ਵੀ ਇੱਕ ਵਚਨ ਕੀਤਾ, ਉਹਨਾਂ ਨੇ ਲਿਖਿਆ, ਉਹ ਕਹਿੰਦੇ ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਜੁੰਮੇ ਪੜ੍ਹਾਈਏ, ਗੰਗਾ ਗਿਆ ਗੱਲ ਮੁੱਕਦੀ ਨਾਹੀਂ ਭਾਵੇਂ ਸੌ ਸੌ ਟੁੱਬੀਆਂ ਲਾਈਏ, ਗਿਆ ਗਿਆ ਗੱਲ ਮੁੱਕਦੀ ਨਾਹੀਂ ਭਾਵੇਂ ਸੌ ਸੌ ਪਿੰਡ ਭਰਾਈਏ, ਬੁੱਲੇ ਸ਼ਾਹ ਗੱਲ ਤਦ ਹੀ ਮੁੱਕਦੀ ਜਦ ਮੈਨੂੰ ਮਾਰ ਮੁਕਾਈਏ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਥਾਨ ਹੈ, ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 1666 ਦੇ ਵਿੱਚ ਜਦੋਂ ਪੰਜਾਬ ਤੋਂ ਚੱਲੇ ਇਲਾਹਾਬਾਦ ਵਗੈਰਾ ਹੁੰਦੇ ਹੋਏ, ਸਤਿਗੁਰੂ ਜੀ ਬਨਾਰਸ, ਸੱਯਦ ਰਾਜਾ ਸਾਸਾਰਾਮ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਰਫੀਗੰਜ ਵਗੈਰਾ ਹੁੰਦੇ ਹੋਏ ਆਏ। ਇੱਥੋਂ ਪਟਨਾ ਸਾਹਿਬ 107 ਕਿਲੋਮੀਟਰ ਹੈ, ਅਤੇ ਇਹ ਅਸਥਾਨ ਹੈ ਜੀ ਗੁਰੂ ਨਾਨਕ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਇੱਥੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਏ ਨੇ ਰਾਜਗੀਰ ਵੱਲ ਨੂੰ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਸੱਚੇ ਪਾਤਸ਼ਾਹ ਗਏ ਨੇ ਇੱਥੋਂ। ਆਓ ਆਪਾਂ ਇਹ ਹੋਰ ਵੀ ਮੈਂ ਤੁਹਾਨੂੰ ਦਿਖਾ ਦੇਵਾਂ। ਇਹ ਹੁਣ ਹਾਲਾਤ ਨੇ ਮੌਜੂਦਾ ਸਮੇਂ ਦੇ ਅਨੁਸਾਰ ਅਸਥਾਨ ਦੇ, ਇਹ ਉੱਪਰਲਾ ਹਿੱਸਾ ਹੈ ਛੱਤ, ਅਤੇ ਉਦਾਸੀ ਮਹਾਤਮਾ ਇੱਥੇ ਕਾਫੀ ਸੇਵਾ ਕਰਦੇ ਰਹੇ। ਹੁਣ ਇੱਥੇ ਇੱਕ ਪੰਡਿਤ ਜੀ ਨੇ ਪੰਜਾਬ, ਅਤੇ ਉਹਨਾਂ ਦਾ ਜਿਹੜਾ ਇੱਥੇ ਦੇਖ ਰੇਖ ਉਹ ਕਰਦੇ ਨੇ, ਦੇਖ ਰੇਖ ਤਾਂ ਚਲੋ ਉਹਨਾਂ ਦਾ ਕਬਜ਼ਾ ਇੱਕ ਤਰੀਕੇ ਨਾਲ। ਇਹ ਲਿਖਿਆ ਹੋਇਆ ਜੀ 1964, ਅਤੇ ਇਹ ਪੁਰਾਤਨ ਪਹਿਲਾਂ ਉਹ ਸੀ ਮਹਾਰਾਜ ਸੱਚੇ ਪਾਤਸ਼ਾਹ ਪਾਲਕੀ ਸਾਹਿਬ ਬਣਾਈ ਹੋਈ ਸੀ, ਇੱਧਰ ਬਾਬਾ ਸ਼੍ਰੀ ਚੰਦ ਦੀ ਮੂਰਤੀ ਬਣਾਈ ਹੋਈ ਇੱਕ ਥਾਂ। ਅਤੇ ਚਲੋ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਪੰਥ ਦੇ ਕੋਲ, ਸੰਗਤ ਦੇ ਕੋਲ ਇਸ ਅਸਥਾਨ ਦੀ ਸੇਵਾ ਆਵੇ। ਬਹੁਤ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸਾਂ ਬੇਨਤੀਆਂ। ਇਹ ਹੁਣ ਉੱਦਾਂ ਹੀ ਰੁਮਾਲੇ ਉਹਨਾਂ ਨੇ ਪਾਏ ਪਏ ਨੇ, ਅਤੇ ਬਾਕੀ ਇੱਕ ਦੋ ਹਿੰਦੂ ਮਤ ਦੀਆਂ ਪੋਥੀਆਂ ਰੱਖੀਆਂ ਹੋਈਆਂ ਨੇ। ਇਹ ਹਾਲਾਤ ਮੌਜੂਦਾ ਸਮੇਂ ਦੇ, ਮੈਂ ਫਿਰ ਤੁਹਾਨੂੰ ਵਿਖਾ ਦੇਵਾਂ। ਥੋੜ੍ਹਾ ਉੱਪਰ ਵੀ ਆਪਾਂ ਵੇਖ ਲਈਏ। ਇਹ ਹਾਲਾਤ, ਅਤੇ ਠੀਕ ਹੈ ਜੀ।